ਜਿਨ੍ਹਾਂ ਪਰ ਘਾਹ ਵਗੈਰਾ ਇਤਨਾ ਜ਼ਿਆਦਾ ਹੈ ਨਹੀਂ ਸਾ ਹੈ ਬੈਕਗਰਾਉਂਡ ਵਿੱਚ ਮੰਜ਼ਰ ਸੋ ਤੱਕਣੇ ਸੋ ਰੋੜਾ ਨੇ ਠੀਕ ਹੈ ਮਾਸ਼ਾਅੱਲਾ ਕਾਫੀ ਪਿਆਰੇ ਤਾਂ ਇਸ ਜਾਣੇ ਸਰ ਤੱਕੀ ਸਕਣੇ ਹੋ ਮਾਸ਼ਾ ਅੱਲਾ ਇੰਤਹਾਈ ਖੂਬਸੂਰਤ ਤੂੰ ਥੋੜ੍ਹਾ ਜਿਹਾ ਉੱਪਰੋਂ ਇਹ ਇਲਾਕਾ ਕੈਸਾ ਨਜ਼ਰ ਅਸ਼ਨਾ ਇਸ ਜਾਣੇ ਸੋ ਤੱਕੋ ਕਾਫੀ ਪਲਾਈਆਂ ਨੇ ਦਰਖਤ ਔਰ ਨਾਲ ਇੱਥੋਂ ਕੋਈ ਰੋਡ ਵੀ ਜਾਣੀ ਹੈ ਗਾਲਬਨ ਕੁਦਰ ਜਾਣੀ ਇਸ ਬਾਰੇ ਅਸੀਂ ਸਹੀ ਨਹੀਂ ਪਤਾ ਅਗਰ ਇਸ ਇਲਾਕੇ ਤੂੰ ਮਾਸ਼ਾਅੱਲਾ ਜੀ ਇਸ ਵਕਤ ਅਸਾਂ ਪਹੁੰਚੀ ਆਏ ਹਾਂ ਪੀਰ ਮਡੋਈ ਨਹੀਂ ਦਰਬਾਰ ਪਰ ਦੁਕਾਨਾਂ ਹੋਰ ਵੀ ਲੱਗਣੀਆਂ ਹੁਣ ਇਹ ਸਾਹਮਣੇ ਸੋ ਤਾਂ ਕਿਸੇ ਦਿਸਣੇ ਪਏ ਉਸਨੂੰ ਬਾਕੀ ਹੁਣ ਅਸਾਂ ਆਈ ਗਏ ਕੁਰਿਆ ਕੋਲ ਚਲਾ ਕਾਫੀ ਖੂਬਸੂਰਤ ਦਰਬਾਰ ਹੈ ਕਿਉਂਕਿ ਇੱਥੇ ਹੈ ਰੇਤ ਹੈ ਦਰਿਆਈ ਬੱਟੇ ਮਿਕਸ ਹੈ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਔਰ ਮੈਂ ਅਸੋਨਾ ਹੋਸਟ ਅਸਦ ਰਾਜਾ ਦੱਸੋ ਤੱਕ ਨੇ ਪਿਆ ਆਪਣਾ ਲਕਾਈ ਚੈਨਲ ਆਪਣਾ ਸਮਾਨ ਰੱਖੀ ਤਾਂ ਜੀ ਨਾਜ਼ਰੀਨ ਤਾਂ ਜੀ ਨਾਜ਼ਰੀਨ ਇਸ ਵਕਤ ਅਸਾਂ ਗੁਲਪੁਰ ਨੇ ਮੁਕਾਮ ਪਰ ਮੌਜੂਦ ਹਾਂ ਤਾਂ ਆਏ ਸਾਡਾ ਸਫ਼ਰ ਆ ਅੱਖੀਆਂ ਲਈ ਦਰਬਾਰ ਠੀਕ ਹੈ ਅਤੇ ਉੱਥੇ ਜੁਸਾਂ ਦਾ ਦੱਸੋ ਕਿ ਅੱਖੀਆਂ ਲਈ ਦਰਬਾਰ ਵੀ ਦੱਸਾਂ ਤਾਂ ਬਾਕੀ ਇੱਥੇ ਅਸਾਂ ਪਹੁੰਚੇ ਸਾਂ ਗੁਲਪੁਰ ਤੋਂ ਥੋੜ੍ਹਾ ਜਿਹਾ ਅੱਗੇ ਆ ਛੋ ਤਕਰੀਬਨ 2 ਕਿਲੋਮੀਟਰ ਨੇ ਫਾਸਲੇ ਪਰ ਸੋਂ ਕਿ ਕੁਝ ਵਾਟਰਫਾਲ ਦਿਸਣੇ ਇਹ ਤਾਂ ਵਾਟਰਫਾਲ ਕਾਫੀ ਲੋਕ ਸੋਂ ਕਿ ਦਸਾਲੀ ਚੁੱਕੇ ਲੇਕਿਨ ਸਾਰਾ ਦਸਾਲੇ ਨਾਲ ਅੰਦਾਜ਼ ਹਮੇਸ਼ਾ ਫਰਿਦ ਰਿਹਾ ਅਤੇ ਮੁਨਫਰਿਦ ਰਹੇ ਸੀ ਅਤੇ ਬਾਕੀ ਹੁਣ ਸੋਂ ਕਿ ਦੱਸਦੇ ਹਾਂ ਤੇਰੇ ਪੁੱਛਣਾ ਨਜ਼ਾਰਾ ਤਾਂ ਨਾਲ ਇੱਥੇ ਮੋਲੀ ਵਾਟਰਫਾਲ ਖੂਬਸੂਰਤ ਜੇ ਤੁਸੋਂ ਅੱਜ ਤਕਸੋ ਤਾਂ ਯਾਦ ਕਰ ਸੋ ਤਾਂ ਮਾਸ਼ਾਅੱਲਾ ਜੀ ਤੁਸੀਂ ਤੱਕੀ ਸਕਦੇ ਹੋ ਮੋਲੀ ਵਾਟਰਫਾਲ ਕਾਫੀ ਖੂਬਸੂਰਤ ਹੈ ਨਾਲ ਇੱਥੋਂ ਤੇਰੇ ਪੁੱਛਣਾ ਨਜ਼ਾਰਾ ਵੀ ਤੱਕੀ ਸਕਦੇ ਹੋ ਅਤੇ ਕੱਲ੍ਹ ਇੱਥੇ ਇੱਕ ਵਾਕਿਆ ਪੇਸ਼ ਆਈ ਆ ਤੇਰੇ ਪੁੱਛ ਵਿੱਚ ਕੋਈ ਇੱਕ ਨੌਜਵਾਨ ਨਹਾਉਣਾ ਸਾ ਅਤੇ ਉਹ ਡੁੱਬੀ ਆ ਅਤੇ ਉਸ ਕੀ ਕਲਾ ਨੇ ਬੰਦੇ ਲੁੜਨੇ ਸੀ ਕਿਆ ਪਤਾ ਉਹ ਲੱਭਾ ਜਾਂ ਨਹੀਂ ਲੱਭਾ ਤਾਂ ਬਾਕੀ ਇਹ ਜਿਹੜੇ ਵਾਟਰਫਾਲ ਹੈ ਇੱਥੇ ਮੂਲੀ ਖਾਸ ਕਰੀ ਇਹ ਬੜੇ ਖਤਰਨਾਕ ਵਾਟਰਫਾਲ ਹੈ ਇਹ ਸਾਹਮਣੇ ਸੋ ਤੱਕੀ ਸਕਦੇ ਹੋ ਠੀਕ ਹੈ ਇਹ ਜਿਤਨੇ ਸੋ ਨਿੱਕੇ ਦਿਸਣੇ ਨਿੱਕੇ ਹੈ ਨਹੀਂ ਇਹ ਬਹੁਤ ਬੜੇ ਵਾਟਰਫਾਲ ਹੈ ਤਾਂ ਜਿਹੜਾ ਇੱਥੇ ਪਾਣੀ ਆ ਉਹ ਵੀ ਕਾਫੀ ਡੂੰਘਾ ਠੀਕ ਹੈ ਅਤੇ ਬਾਕੀ ਇੱਥੇ ਜੰਗਲ ਵੀ ਕਾਫੀ ਆ ਅਤੇ ਇਸ ਜਾਨਬ ਸੋ ਤੱਕੀ ਸਕਦੇ ਹੋ ਬੜੇ ਮਸਲਨ ਸੰਗਲਾਖ ਪਹਾੜ ਇੱਥੇ ਮੌਜੂਦ ਹੈ ਠੀਕ ਹੈ ਅੱਗੇ ਤੁਸੋਂ ਤੱਕੀ ਸਕਦੇ ਹੋ ਦਰਿਆ ਪੁੰਜ ਤੋਂ ਕਿ ਥੋੜ੍ਹਾ ਥੋੜ੍ਹਾ ਦਿਸਣਾ ਉਸੀ ਅਤੇ ਇਸ ਜਾਨਬ ਪੀਰ ਦਰੋਗ ਨੰਬਰ 2 ਨੀ ਪਹਾੜੀ ਵਿੱਚੋਂ ਕਿ ਮੌਜੂਦ ਇੱਥੇ ਦਿਸਣੀ ਉਸੀ ਅਤੇ ਇਹ ਪਰੇ ਆਬਾਦੀ ਹੈ ਜਿੱਥੇ ਕੱਲ੍ਹ ਇਸ ਆਬਾਦੀ ਨਾਲ ਇੱਕ ਨੌਜਵਾਨ ਸਾ ਜਿਹੜਾ ਕਿ ਇੱਥੇ ਆਪਣੀ ਜ਼ਿੰਦਗੀ ਨਿਭਾਜ਼ੀ ਆ ਰਹੀ ਆ ਮੱਛੀਆਂ ਪੋੜਨਾ ਪਿਆ ਸਾ ਤਾਂ ਨਾਲ ਉਹ ਨਹਾਉਣਾ ਪਿਆ ਸਾ ਕਿਉਂਕਿ ਪਾਣੀ ਸਾ ਠੰਡਾ ਤਾਂ ਉਸ ਕੀ ਅਸਾਂ ਜਿਉਂ ਜਿਉਂ ਨਹਾਉਣਿਆ ਉਸ ਇੰਜਾਏ ਕੀਤਾ ਤਾਂ ਅੱਗੇ ਅੱਗੇ ਜਾਣਾ ਗਿਆ ਤਾਂ ਉਹ ਕਰੇ ਅਸਾਂ ਪਾਣੀ ਆ ਵਿੱਚੇ ਹੋਈ ਆ ਠੀਕ ਹੈ ਖੁਦਾ ਖਬਰ ਕਿ ਹਾਦਸਾ ਪੇਸ਼ ਆਇਆ ਲੇਕਿਨ ਇਹ ਕੁਝ ਅਸਾਂ ਵੀ ਹੈ ਬੁਝਿਆ ਠੀਕ ਹੈ ਤਾਂ ਇਸ ਜਾਨਬ ਸਾਂ ਤੱਕੀ ਸਕਦੇ ਹੋ ਕਿ ਇੱਥੇ ਕੱਲ੍ਹ ਬਹੁਤ ਜ਼ਿਆਦਾ ਆਉਂਦੀ ਹੋਈ ਹੈ ਅਤੇ ਇੱਕ ਦਰੇਕਿਆਂ ਦਾ ਬੂਟਾ ਵੀ ਭੱਜੀ ਆ ਠੀਕ ਹੈ ਇੱਥੋਂ ਪਹਿਲਾਂ ਇੱਕ ਰੱਸਾ ਆਉਣਾ ਸਾ ਲਗਾ ਵਾ ਜਿਹੜਾ ਕਿ ਨੀਚੇ ਦਰੇ ਪੁੰਜ ਤੋਂ ਰੇਤ ਇੱਥੇ ਆਉਣਾ ਸਾ ਇਹ ਸਾਹਮਣੇ ਸੋ ਤੱਕੀ ਸਕਦੇ ਹੋ ਕਿ ਕਿਸ ਕਦਰ ਜ਼ਿਆਦਾ ਆਉਂਦੀ ਹੋਈ ਤਾਂ ਦਰੇਕਿਆਂ ਦਾ ਬੂਟਾ ਵੀ ਇੱਥੇ ਭੱਜੀ ਅਤੇ ਟੋਟੇ ਹੋਈ ਆ ਠੀਕ ਹੈ ਤਾਂ ਬਾਕੀ ਹੁਣ ਤੁਸੀਂ ਕਿ ਥੋੜ੍ਹਾ ਜਿਹਾ ਹੋਰ ਵਿਊ ਵੀ ਆਸਾਨੀਆਂ ਜਾਣੀਆਂ ਜਾਣੀਆਂ ਕਰਾਈ ਛੋੜੋ ਕਿਉਂਕਿ ਇੱਥੇ ਬੜਾ ਖੂਬਸੂਰਤ ਨਜ਼ਾਰਾ ਆ ਜੰਗਲ ਨਾਲ ਤਾਂ ਜੰਗਲ ਅਸਾਂ ਕਿ ਬੜਾ ਪਸੰਦ ਹੈ ਇਹ ਸਾਹਮਣੇ ਤੁਸੀਂ ਤੱਕੀ ਸਕਦੇ ਹੋ ਅਤੇ ਫਾਇਰ ਸੀਜ਼ਨ ਵੀ ਆ ਅੱਗੇ ਵੀ ਲੋਕਾਂ ਲਾਈ ਛੋੜੀ ਆ ਅਤੇ ਕੋਈ ਇੱਥੇ ਪੁੱਛਣੇ ਪਾਲਣੇ ਵਾਲਾ ਨਹੀਂ ਹੈ
ਕਿ ਤੁਸੀਂ ਤੱਕੀ ਸਕਦੇ ਹੋ ਕਿ ਜੰਗਲਾਤ ਨਾਲ ਕਿਸ ਤਰ੍ਹਾਂ ਬੇਦਰੇਗ ਜ਼ਿਆ ਕੀਤਾ ਗਿਆ ਇਹਦੇ ਤੱਕੀ ਸਕਦੇ ਹੋ ਕਿਤਨਾ ਖੂਬਸੂਰਤ ਸਨੱਥੇ ਸੇ ਤਾਂ ਉਹਨਾਂ ਕੀ ਵੀ ਅੱਗੇ ਲਾਈ ਤਾਂ ਸਾੜੀ ਛੁੜਿਆ ਨੇ ਠੀਕ ਹੈ ਇਸ ਜਾਨੇ ਵੀ ਤੁਸੀਂ ਤੱਕੀ ਸਕਦੇ ਹੋ ਤਾਂ ਕਿਤਨੇ ਪਰਿੰਦੇ ਜਾਨਵਰ ਨੁਕਸਾਨ ਹੋਏ ਸਨ ਇਸ ਨਾਲ ਅਜ਼ਾਲਾ ਕੌਣ ਕਰਸੀ ਤਾਂ ਇਸ ਨਾਲ ਅਜ਼ਾਲਾ ਹੋ ਹੀ ਨਹੀਂ ਸਕਣਾ ਇਹ ਸਾਹਮਣੇ ਤੱਕੀ ਸਕਦੇ ਹੋ ਇਸ ਵਕਤ ਤਾਂ ਬਿਲੀ ਪੌੜੀਆਂ ਨੇ ਬਿਲਕੁਲ ਕਰੀਬ ਹਾਂ ਯਾਨੀ ਚੰਡੀਗੜ੍ਹ ਨੇ ਏਰੀਏ 'ਚ ਮੌਜੂਦ ਹਾਂ ਤਾਂ ਤੁਸੀਂ ਨਾਲੋ ਨਾਲ ਤੱਕੋ ਕਿ ਅੱਗੇ ਕਿਆ ਕੁਝ ਤਬਾਹਕਾਰੀਆਂ ਇੱਥੇ ਕੀਤੀਆਂ ਹੋਈਆਂ ਤਾਂ ਇਸ ਜਾਨੇ ਵੀ ਤੁਸੀਂ ਤੱਕੀ ਸਕਦੇ ਹੋ ਅੱਗੇ ਦੀਆਂ ਤਬਾਹਕਾਰੀਆਂ ਦੂਰਾ ਦੂਰਾ ਜੀਆਂ ਤੁਹਾਨੂੰ ਨਜ਼ਰ ਅਸ਼ਟੀਆਂ ਹੋਈਆਂ ਤਾਂ ਪਾਸ ਨੱਥੇ ਤੁਸੀਂ ਤੱਕੀ ਸਕਦੇ ਹੋ ਕਿ ਥੋੜ੍ਹੇ ਬੱਚੇ ਵੀ ਤਾਂ ਕਿਤਨੇ ਖੂਬਸੂਰਤ ਲੱਗਣੇ ਮਾਸ਼ਾ ਅੱਲਾਹ ਜੇ ਤਰ੍ਹਾਂ ਕੁੰਜ ਵੀ ਪੈਣਾ ਹੋਇਆ ਤਾਂ ਬਹੁਤ ਜ਼ਿਆਦਾ ਖੂਬਸੂਰਤ ਮੰਜ਼ਰ ਆ ਤਾਂ ਜਿਹੜੀ ਮਸ਼ਰਕ ਵਾਲੀ ਜਾਨਬ ਸਾਈਡ ਹੈ ਇਹ ਤਾਂ ਤਕਰੀਬਨ ਇਹਨਾਂ ਅੱਗ ਲਾਈ ਤਾਂ ਸਾੜੀ ਛੋੜੀ ਇਹ ਸਾਹਮਣੇ ਤੱਕੀ ਸਕਦੇ ਹੋ ਇਹ ਜਿਹੜੀ ਮਾੜੇ ਵਾਲੀ ਸਾਈਡ ਆ ਇਹ ਸੜੀ ਗਈ ਹੈ ਤਾਂ ਕੁਝ ਸਾਈਡਾਂ ਇੱਥੇ ਬਚ ਗਈਆਂ ਜਿਹੜੀਆਂ ਕਿ ਜਿਹਨਾਂ ਮਸਲਨ ਸਨੱਥਿਆਂ ਥੱਲੇ ਕਾਹ ਸ਼ਾਹ ਨਹੀਂ ਹੈ ਤਾਂ ਉਹ ਨਹੀਂ ਸੜੇ ਤਾਂ ਜਿਹਨਾਂ ਨੇ ਹੇਠ ਕਾਹ ਸ਼ਾਹ ਸਾ ਉਹ ਸਭ ਸੜੀ ਗਏ ਇਸ ਜਾਨੇ ਤੁਸੀਂ ਤੱਕੀ ਸਕਦੇ ਹੋ ਕਿ ਸੜਿਆ ਹੋਇਆ ਮੰਜ਼ਰ ਥੋੜ੍ਹਾ ਥੋੜ੍ਹਾ ਨਜ਼ਰ ਰੱਖਣਾ ਪਿਆ ਉਸੀ ਤਾਂ ਬਾਹਰ ਸਾਹਮਣੇ ਜਿਹੜਾ ਮੰਜ਼ਰ ਆ ਇਹ ਤਕਰੀਬਨ ਸਨੱਥੇ ਇੱਥੇ ਬਚੀ ਗਈ ਠੀਕ ਹੈ ਲੇਕਿਨ ਚਲੋ ਇਹ ਆਵਾਮ ਜ਼ਿੰਦਾ ਰਹੀ ਤਾਂ ਇਨਸ਼ਾਅੱਲਾ ਇਹਨਾਂ ਕੀ ਵੀ ਸਾੜੀ ਛੋੜ ਸੀ ਛੋੜਨ ਨਹੀਂ ਲੱਗੀ ਠੀਕ ਹੈ ਅਤੇ ਬਾਕੀ ਮੰਜ਼ਰ ਇੱਥੋਂ ਤੋਂ ਤੱਕੋ ਜਿੱਥੋਂ ਨਹੀਂ ਸੜਿਆ ਕਿਤਨਾ ਖੂਬਸੂਰਤ ਮੰਜ਼ਰ ਲੱਗਣਾ ਪਿਆ ਮਾਸ਼ਾਅੱਲਾ ਤਾਂ ਕੋਈ ਸਮਝ ਨਹੀਂ ਇਸ ਨਹੀਂ ਕਿ ਸਾੜੀ ਆਵਾਮ ਕਹਿ ਜਾਣੀ ਹੈ ਕਿ ਅਸਾਂ ਕੀ ਜਨਮ ਚਾਹੀ ਨਹੀਂ ਤਾਂ ਅੱਗ ਹੀ ਲਾਉਣੇ ਅੱਗ ਲਾਉਣੇ ਨਾ ਇਹਨਾਂ ਕੀ ਲਾਉਣਾ ਗਿਆ ਵੀ ਤਾਂ ਇਹ ਸਮਝ ਆਈ ਤੁਹਾਡੇ ਜੀ ਨਹੀਂ ਆਈ ਕੱਲ੍ਹ ਕੁਝ ਲੋਕਾਂ ਨੇ ਜੀ ਕਾਲ ਲਾਉਣਾ ਮੈਂ ਕਾਲ ਲਸੀ ਤਾਂ ਤੁਸਾਂ ਬਾਕੀ ਜਿਤਨੇ ਵੀ ਜਨਵਰ ਰਹੇ ਠੀਕ ਹੈ ਲੋਕ ਇਹ ਉਹਨਾਂ ਨੇ ਜ਼ਿੰਦਗੀ ਤੁਸਾਂ ਜਨਮ ਬਣਾਈ ਛੁੱਟਸੋ ਤਾਂ ਉਹ ਹੈ ਕੁਝ ਕਰੋ ਘਰ ਲੱਗੇ ਵੀ ਠੀਕ ਹੈ ਤਾਂ ਇਸ ਜਾਨੇ ਤੁਸਾਂ ਤੱਕੋ ਕਿਤਨਾ ਖੂਬਸੂਰਤ ਆ ਪਿਆਰਾ ਮੰਜ਼ਰ ਆ ਸਨੱਥੇ ਤੁਸਾਂ ਤੱਕੋ ਮਾਸ਼ਾਅੱਲਾ ਇੰਤਹਾਈ ਖੂਬਸੂਰਤ ਹੈ ਠੀਕ ਹੈ ਤਾਂ ਇਹ ਲੋਕ ਨਹੀਂ ਜਾਣੇ ਕਿ ਇਹ ਖੂਬਸੂਰਤੀ ਤੱਕਣੇ 'ਚ ਦੁਬਾਰਾ ਮਿਲਿਆ ਮਾਸ਼ਾਅੱਲਾ ਜੀ ਇਸ ਵਕਤ ਅਸਾਂ ਬਿਲੀ ਪੌੜੀਆਂ ਨੇ ਮੁਕਾਮ ਪਰ ਮੌਜੂਦ ਹਾਂ ਤਾਂ ਸਫ਼ਰ ਕਰਨੇ ਆਖਿਰਕਾਰ ਅਸਾਂ ਬਿਲੀ ਪੌੜੀਆਂ ਪਹੁੰਚੇ ਆਏ ਹਾਂ ਤਾਂ ਜਿਲ੍ਹਾ ਇੱਥੇ ਅਸਾਂ ਪਹੁੰਚੇ ਹਾਂ ਤਾਂ ਇੱਥੇ ਅਸਾਂ ਤੱਕਿਆ ਕਿ ਜੰਗਲਾਤ ਵਿੱਚ ਮਸਾਂ ਜੰਗਲਾਤ ਕੀ ਕਾਫ਼ੀ ਸਾੜਿਆ ਗਿਆ ਯਾਨੀ ਹਰ ਤਰਫ ਅੱਗੇ ਨੇ ਮਨਾਜ਼ਰ ਅਸਾਂ ਕੀ ਤੱਕਣੇ 'ਚ ਮਿਲੇ ਤਾਂ ਪਿੱਛੇ ਤੋਂ ਬੈਕਗਰਾਊਂਡ ਹੀ ਤੱਕੀ ਸਕਦੇ ਉੱਪਰ ਪਹਾੜੀ ਪਰ ਤੋਂ ਤੱਕਣੇ ਸੋ ਕਿ ਬਿਲਕੁਲ ਇਹ ਪਹਾੜੀ ਸੜੀ ਚੁੱਕੀ ਹੈ ਠੀਕ ਹੈ ਤਾਂ ਇੱਧਰ ਕੋਈ ਪਹਾੜੀਆਂ ਬਚੀਆਂ ਹੀ ਆ ਲੇਕਿਨ ਇੱਧਰ ਉਹ ਪਹਾੜੀਆਂ ਬਚੀਆਂ ਜਿਹੜੀਆਂ ਕਿ ਮਸਲਨ ਜਿਹਨਾਂ ਪਰ ਕਾਹ ਵਗੈਰਾ ਇਤਨਾ ਜ਼ਿਆਦਾ ਨਹੀਂ ਸਾ ਤਾਂ ਬੈਕਗਰਾਊਂਡ ਵਿੱਚ ਮੰਜ਼ਰ ਤੋਂ ਤੱਕਣੇ ਸੋ ਰੋੜਾ ਨੇ ਠੀਕ ਹੈ ਮਾਸ਼ਾਅੱਲਾ ਕਾਫ਼ੀ ਪਿਆਰੇ ਤਾਂ ਇਸ ਜਾਨਬ ਕੋਈ ਸਾਈਨ ਬੋਰਡ ਲਗਾ ਵਾ ਜਿਹੜਾ ਕਿ ਕੁਛ ਦੌਰ 'ਚ ਇੱਥੇ ਜਿਹੜਾ ਰੋਡ ਬਣਾਈ ਗਈ ਤਾਂ ਉਸ ਵਕਤ ਆਰਮੀ ਸ਼ਾਇਦ ਇਹ ਸਾਈਨ ਬੋਰਡ ਲਾਇਆ ਠੀਕ ਹੈ ਤਾਂ ਬਾਕੀ ਤੁਸੀਂ ਕੀ ਹੁਣ ਅਸਾਂ ਥੋੜ੍ਹਾ ਜਿਹਾ ਇੱਥੋਂ ਮੰਜ਼ਰ ਦੱਸਣ ਦੀ ਕੋਸ਼ਿਸ਼ ਕਰਸਾਂ ਬਿਲ ਪੌੜੀਆਂ ਨੂੰ ਮਾਸ਼ਾਅੱਲਾ ਕਾਫ਼ੀ ਪਿਆਰਾ ਅਤੇ ਨਾਲ ਇਹ ਦਰਿਆ ਪੁੰਜ ਵੀ ਦੱਸਣ ਦੀ ਕੋਸ਼ਿਸ਼ ਕਰਸਾਂ ਤਾਂ ਮਾਸ਼ਾਅੱਲਾ ਜੀ ਸਾਹਮਣੇ ਤੋਂ ਤੱਕੀ ਸਕਦੇ ਹੋ ਪਾਰ ਸਾਹਮਣੇ ਤੋਂ ਕੀ ਰਾਜਧਾਨੀ ਵੀ ਥੋੜ੍ਹਾ ਥੋੜ੍ਹਾ ਨਜ਼ਰ ਆਇਆ ਉਸੀ ਤਾਂ ਨਾਲ ਇੱਥੇ ਦਰਿਆ ਪੁੰਜ ਵੀ ਤੋਂ ਕੀ ਨਜ਼ਰ ਅਛਨਾ ਉਸੀ ਦਰਿਆ ਪੁੰਜ ਕੀ ਥੋੜ੍ਹਾ ਜਿਹਾ ਜ਼ੂਮ ਕਰਦਾ ਵੀ ਦੱਸਣੇ ਆਪਣੇ ਭੈਣੋ ਭਰਾਵਾਂ ਕੀ ਕਾਫ਼ੀ ਪਿਆਰਾ ਸਾਹਮਣੇ ਤੋਂ ਤੱਕੀ ਸਕਦੇ ਹੋ ਕਿ ਅੱਜ ਪਾਣੀ ਵੀ ਕਾਫ਼ੀ ਜ਼ਿਆਦਾ ਆ ਥੋੜ੍ਹਾ ਥੋੜ੍ਹਾ ਤੋਂ ਕੀ ਬਿਹਾਰੀ ਵੀ ਦਿਸਣਾ ਪਿਆ ਉਸੀ ਤਾਂ ਇਸ ਜਾਨਬ ਰਾਜਧਾਨੀ ਨੇ ਕੁਝ ਘਰ ਵੀ ਤੋਂ ਕੀ ਨਜ਼ਰ ਵਿਛਣੇ ਸਨ ਮਾਸ਼ਾਅੱਲਾ ਕਾਫ਼ੀ ਪਿਆਰੇ ਇਹ ਸਾਹਮਣੇ ਤੋਂ ਕੀ ਰਾਜਧਾਨੀ ਬਾਜ਼ਾਰ ਵੀ ਥੋੜ੍ਹਾ ਥੋੜ੍ਹਾ ਨਜ਼ਰ ਅਛਨਾ ਪਿਆ ਉਸੀ ਮਾਸ਼ਾਅੱਲਾ ਠੀਕ ਹੈ ਤਾਂ ਇਸ ਜਾਨਬ ਤੋਂ ਤੱਕੀ ਸਕਣੀ ਉਹ ਇਹ ਪਹਾੜੀਆਂ ਠੀਕ ਹੈ ਇੱਥੋਂ ਕੋਈ ਇੱਕ ਰਸਤਾ ਜਾਣਾ ਕੋਈ ਸਮਝ ਨਹੀਂ ਲੱਗਣੀ ਇਹ ਰਸਤਾ ਮਾਲਾਂ ਨਾ ਜਾਂ ਕੋਈ ਬੰਦਿਆਂ ਨਾ ਇੱਥੇ ਅੱਗੇ ਕੋਈ ਸ਼ਾਇਦ ਮਕਾਨ ਆ ਵਿੱਚ
ਜਾਂ ਕੋਈ ਦਰਬਾਰ ਹੀ ਇਸ ਬਾਰੇ 'ਚ ਕੋਈ ਪਤਾ ਨਹੀਂ ਇੱਕ ਦੜਿਆ ਸੋ ਇਸ ਸੋ ਤਾਂ ਇਸ ਨੇ ਵੀ ਮਲਮਾਤ ਲਾਈ ਦੱਸੋ ਕਿ ਦੱਸਾਂ ਤਾਂ ਬਾਕੀ ਇਸ ਜਾਨਬ ਸੋ ਤੱਕੋ ਪਹਾੜੀਆਂ ਕਿਸ ਤਰ੍ਹਾਂ ਸੜੀ ਚੁੱਕੀਆਂ ਹੀ ਆ ਠੀਕ ਹੈ ਕਿਤਨੇ ਜਨਵਾਰ ਇੱਥੇ ਨੁਕਸਾਨ ਹੋਏ ਸਨ ਕੋਈ ਪਤਾ ਨਹੀਂ ਕੋਈ ਕੂਚ ਨੰਗਤੀ ਹੈ ਤਾਂ ਨਾਲ ਪਿੱਛੇ ਡੰਪਰ ਆ ਬਾਕੀ ਜੁੜ ਲਏ ਹਾਂ ਬਾਈਕ ਕੋਲ ਤਾਂ ਬੈਸਾਂ ਤਾਂ ਅੱਜ ਸੋ ਕਿ ਅਸਾਂ ਸੈਰ ਕਰਾਸਾਂ ਅੱਖੀਆਂ ਵਾਲੀ ਦਰਬਾਰ ਚੈੱਕ ਸਵਾਰੀ ਮਾਸ਼ਾਅੱਲਾ ਜੀ ਇਸ ਵਕਤ ਅਸਾਂ ਪਹੁੰਚੇ ਆਏ ਹਾਂ ਪਲਾਕਾ ਤਾਂ ਬਾਕੀ ਸਾਨੂੰ ਡੈਮ ਨਾਲ ਵਿਊ ਤੱਕਦੇ ਹਾਂ ਸੋ ਮਾਸ਼ਾਅੱਲਾ ਕਾਫੀ ਪਿਆਰਾ ਖੂਬਸੂਰਤ ਆ ਤਾਂ ਇੱਧਰ ਬੱਸ ਵੀ ਕੁਆਰਨ ਮਾਰਨੀ ਹੈ ਤਾਂ ਇਸ ਜਾਨਬ ਸੋ ਤੱਕੋ ਪਲਾਕ ਨਾ ਪੁੱਲ ਤਾਂ ਇੱਧਰ ਨਾਲ ਆਬਾਦੀ ਮਾਸ਼ਾਅੱਲਾ ਕਾਫੀ ਪਿਆਰੀ ਆਬਾਦੀ ਹੈ ਇੱਧਰ ਤਾਂ ਪਹਿਲਾਂ ਤਾਂ ਇੱਧਰ ਵੈਸੇ ਆਮ ਜੇ ਕਾਰ ਸੀ ਲੇਕਿਨ ਹੁਣ ਇੱਥੇ ਵੀ ਕੋਠੀਆਂ ਬਣੀਆਂ ਜਾਣੀਆਂ ਆ ਤਾਂ ਨੀਚੇ ਸੋ ਤੱਕੋ ਤੇਰੇ ਪੁੱਛਣੇ ਕਿਨਾਰਾ ਗਾਲਬਨ ਕੋਈ ਫਿਸ਼ਿੰਗ ਵਗੈਰਾ ਹੋਣ ਲੱਗੀ ਹੈ ਤਾਂ ਕਿਸ ਤਰ੍ਹਾਂ ਉਹਨਾਂ ਗਰਮੀ ਤੋਂ ਬਚਣੇ ਨੇ ਮਾਰੇ ਮਸਲਨ ਛਤਰੀਆਂ ਵਗੈਰਾ ਲਾਈ ਕਹਿੰਦੀਆਂ ਦਾ ਨਾਲ ਗੱਡੀ ਪਰ ਵੀ ਉਹਨਾਂ ਠੀਆ ਲਾਈ ਕਹਿੰਦਾ ਯੰਤਰਪਾਲ ਲਾਈ ਕਹਿੰਦਾ ਠੀਕ ਹੈ ਇਸ ਜਾਨਬ ਵਿੱਚ ਸੋ ਤੱਕੀ ਸਕਣੀ ਉਹ ਮੰਜ਼ਰ ਕਾਫੀ ਖੂਬਸੂਰਤ ਹੈ ਜਾਨਬ ਸੋ ਤੱਕੋ ਕਿ ਡੇਮੇ ਨੂੰ ਪਾਣੀ ਵੀ ਉਹਨੂੰ ਕਾਫੀ ਚੜ੍ਹਨਾ ਇਸ਼ਨਾ ਆ ਔਰ ਆਏ ਦਿਨ ਗਏ ਦਿਨ ਇਹ ਪਾਣੀ ਵਧਣਾ ਏ ਜਾਸੀ ਠੀਕ ਹੈ ਇਹ ਸਾਹਮਣੇ ਸੋ ਤੱਕੀ ਸਕਣੀ ਉਹ ਮਾਸ਼ਾਅੱਲਾ ਅੱਛਾ ਮਾਸ਼ਾਅੱਲਾ ਜੀ ਇਸ ਵਕਤ ਅਸਾਂ ਚੈੱਕ ਸਵਾਰੀ ਨੇ ਮੁਕਾਮ ਪਰ ਮੌਜੂਦ ਹਾਂ ਤਾਂ ਇੱਥੇ ਅਸਾਂ ਅੱਜ ਦਰਬਾਰ ਪਰ ਆਏ ਸਾਂ ਪੀਰ ਗੰਡੋਈ ਨਹੀਂ ਦਰਬਾਰ ਹੈ ਠੀਕ ਹੈ ਤਾਂ ਯਾਨੀ ਅੱਖੀਆਂ ਵਾਲੀ ਦਰਬਾਰ ਤਾਂ ਮਾਸ਼ਾਅੱਲਾ ਕਾਫੀ ਪਿਆਰੀ ਦਰਬਾਰ ਹੈ ਪਿੱਛੇ ਤੁਸੀਂ ਬੈਕਗਰਾਊਂਡ ਦੀ ਮੰਜ਼ਰ ਤੱਕਣੇ ਤੁਸੀਂ ਕੀ ਇੱਕ ਮਸਜਿਦ ਨਜ਼ਰ ਅਸ਼ਨੀ ਪੀ ਹੋ ਸੀ ਇੱਥੇ ਕੋਲ ਕਾਲੇ ਉਹ ਦਰਬਾਰ ਹੈ ਜਿਸ ਕੀ ਅੱਖੀਆਂ ਵਾਲੀ ਦਰਬਾਰ ਆਖਿਆ ਜਾਣਾ ਠੀਕ ਹੈ ਇਹ ਜਿਹੜੀ ਦਰਬਾਰ ਹੈ ਇਹ ਅਸ਼ਨੀ ਹੈ ਚੈੱਕ ਸਵਾਰੀ 'ਚ ਠੀਕ ਹੈ ਤਾਂ ਚੈੱਕ ਸਵਾਰੀ ਨਾਲ ਇੱਥੋਂ ਆਗਾਜ਼ ਵੀ ਹੋ ਜਾਣਾ ਆ ਤਾਂ ਅਸਾਂ ਇਸ ਵਕਤ ਇੱਥੇ ਪਹੁੰਚ ਗਏ ਹਾਂ ਤਾਂ ਅੱਜ ਗਰਮੀ ਨੇ ਸ਼ਿਦਤ 'ਚ ਅੱਜ ਗਰਮੀ ਨੇ ਸ਼ਿਦਤ 'ਚ ਕਾਫੀ ਕਮੀ ਹੈ ਕਿਉਂਕਿ ਕੱਲ੍ਹ ਆਂਧੀ ਵਗੈਰਾ ਝੁੱਲ ਨਹੀਂ ਰਹੀ ਜਿਸ ਦੀ ਵਜ੍ਹਾ ਸੀ ਕਾਫੀ ਮਸਲਨ ਅੱਜ ਕਮੀ ਵਾਕਿਆ ਹੋਈ ਵੀ ਹੈ ਬਾਕੀ ਤੁਸੀਂ ਤੱਕੀ ਸਕਦੇ ਹੋ ਕਿ ਜਿਹੜਾ ਡੈਮ ਚੜ੍ਹਨਾ ਤਾਂ ਪਾਣੀ ਕੁੱਥੇ ਜੀਆਂ ਅਸ਼ਨਾ ਤਾਂ ਲਗਾਤਾਰ ਇਸ ਲਈ ਡੈਮ ਚੜ੍ਹਨਾ ਪਿਆ ਠੀਕ ਹੈ ਉਹ ਵੀ ਤੁਸੀਂ ਕਿ ਜੁੜਨੇ ਸਾਂ ਕੋਈ ਨਾ ਕੋਈ ਮੰਜ਼ਰ ਅੱਜ ਦਸੀ ਹੋਰ ਸਾਂ ਤਾਂ ਇਹ ਤੁਸੀਂ ਤੱਕੀ ਸਕਦੇ ਹੋ ਇਸ ਜਾਨਬ ਤੋਂ ਤੱਕੋ ਕਿ ਜਿਹੜਾ ਡੈਮ ਚੜ੍ਹਨਾ ਤਾਂ ਕਿਸ ਤਰ੍ਹਾਂ ਮਿੱਟੀ ਵਗੈਰਾ ਇੱਥੋਂ ਨੀਚੇ ਨੀਚੇ ਮਸਲਨ ਸਲਾਈਡ ਆਉਣੀ ਰਹਿਣੀ ਹੈ ਤਾਂ ਇਸ ਜਾਨਬ ਤੋਂ ਤੱਕੋ ਡੈਮ ਹੈ ਨਸ਼ਾਨਾਥ ਤਾਂ ਬਾਕੀ ਅੱਗੇ ਸੋਂ ਕਿ ਮੰਜ਼ਰ ਦਿਸਣੇ ਪਏ ਸੋ ਮਾਸ਼ਾਅੱਲਾ ਕਾਫੀ ਪਿਆਰੇ ਇਹ ਸਾਹਮਣੇ ਸੋਂ ਤੱਕੋ ਸੋਂ ਕਿ ਕੋਈ ਮਸਜਿਦ ਇੱਕ ਨਜ਼ਰ ਨਹੀਂ ਆ ਇੱਥੇ ਕੋਲ ਕਾਲੇ ਅੱਖੀਆਂ ਵਾਲੀ ਦਰਬਾਰ ਮੌਜੂਦ ਹੈ ਠੀਕ ਹੈ ਤਾਂ ਬਾਕੀ ਇਸ ਜਾਨਬ ਸੋਂ ਮੰਜ਼ਰ ਤੱਕੀ ਸਕਣੀ ਹੋ ਮਾਸ਼ਾਅੱਲਾ ਸਾਹਮਣੇ ਸੋਂ ਤੱਕਣੇ ਸੋ ਦਰਬਾਰ ਨੇ ਤਰਫ ਜਿਹੜੀ ਰੋਡ ਜਾਣੀ ਹੈ ਉਸਨੇ ਮੰਜ਼ਰ ਮਾਸ਼ਾਅੱਲਾ ਕਾਫੀ ਪਿਆਰੇ ਤਾਂ ਬਾਕੀ ਤੁਸੀਂ ਇਸ ਜਾਨਬ ਤੱਕੋ ਕਿ ਜਿਹੜੇ ਕਿ ਇੱਥੇ ਪੱਥਰਾਂ ਨੇ ਨਿਸ਼ਾਨ ਏ ਕਿਉਂਕਿ ਡੈਮ ਤਾਂ ਇੱਥੇ ਨੀਚੇ ਜੀਆਂ ਸੀ ਨਾ ਇਹ ਪੱਥਰਾਂ ਨੇ ਨਿਸ਼ਾਨ ਇੱਥੇ ਕਿਸ ਤਰ੍ਹਾਂ ਏ ਠੀਕ ਹੈ ਅਕਸਰ ਮੈਂ ਆਪਣੀ ਵੀਡੀਓ 'ਚ ਇਹ ਗੱਲ ਬਾਣਾ ਹੋਣਾ ਕਿ ਇਹ ਜਿਹੜੇ ਨਿਸ਼ਾਨ ਏ ਇਹ ਇਸ ਡੈਮ ਤੋਂ ਪਹਿਲਾਂ ਵੀ ਦੁਨੀਆ 'ਚ ਕੋਈ ਇਤਨਾ ਬੜਾ ਮਸਲਾਂ ਡਿਜ਼ਾਸਟਰ ਹੋਇਆ ਮਸਲਾਂ ਕੋਈ ਐਸਾ ਪਾਣੀ ਵਾਲਾ ਬੜਾ ਤੂਫਾਨ ਆਇਆ ਜਿਸ ਦੀ ਵਜ੍ਹਾ ਸੀ ਇਹ ਚੀਜ਼ਾਂ ਇੱਥੇ ਅੱਜ ਵੀ ਮੌਜੂਦ ਹੀ ਆ ਸਾਹਮਣੇ ਸੋ ਤੱਕੀ ਸਕਣੀ ਹੋ ਠੀਕ ਹੈ ਅਤੇ ਡੈਮੇ ਨੇ ਇਹ ਨਿਸ਼ਾਨ ਏ ਠੀਕ ਹੈ ਜਿਹੜਾ ਕਿ ਡੈਮ ਇੱਥੇ ਇਸ਼ਨਾ ਪਾਣੀ ਇਸਨੇ ਇਹ ਨਿਸ਼ਾਨ ਹੈ ਠੀਕ ਹੈ ਲੇਕਿਨ ਜਿਹੜੇ ਇਹ ਨਿਸ਼ਾਨ ਹੈ ਇਸ ਤੋਂ ਤੱਕੀ ਸਕਦੇ ਹੋ ਕਿ ਇਹਨਾਂ ਦਰਿਆਈ ਬੱਟਿਆਂ ਨੇ ਬਹੁਤ ਬੜੇ ਬੜੇ ਇੱਥੇ ਪਹਾੜ ਬੰਦੇ ਵੀ ਜਿਹੜੇ ਕਿ ਮੀਰਪੁਰ ਚੈੱਕ ਸਵਾਰੀ ਡਡਿਆਲ ਦੇ ਅੰਦਰ ਕਾਫੀ ਆਦੀਆਂ ਮਸਲਨ ਮੌਜੂਦ ਹੈ ਜਿਹੜਾ ਕਿ ਇਸ ਗੱਲ ਨੇ ਅਕਾਸੀ ਕਰਨੇ ਕਿ ਕਿਸੇ ਦੌਰ ਵਿੱਚ ਕੋਈ ਪਾਣੀ ਵਾਲਾ ਇਤਨਾ ਬੜਾ ਰੇਲਾ ਗੁਜ਼ਰਿਆ ਠੀਕ ਹੈ ਚਾਹੇ ਉਹ ਚੈਨਾ 'ਚੋਂ ਆਇਆ ਉੱਥੋਂ ਆਇਆ ਠੀਕ ਹੈ ਇੱਥੋਂ ਗੁਜ਼ਰਨਾ ਉਹ ਤਕਰੀਬਨ ਜੇਹਲਮ ਦੇਣੇ ਜੀਆਂ ਗਿਆ ਆਇਆ ਠੀਕ ਹੈ ਮਾਸ਼ਾਅੱਲਾ ਇਹ ਸਾਹਮਣੇ ਸੋ ਮੰਜ਼ਰ ਤੱਕਣੇ ਉਸ ਜਗ੍ਹਾ ਜਗ੍ਹਾ ਇਹ ਇਕੱਠਿਆਂ 'ਚ ਇਹ ਬੱਟੇ ਮਿੱਟੀ ਵਿੱਚ ਮੌਜੂਦ ਹੈ ਮਾਸ਼ਾਅੱਲਾ ਜੀ ਇਸ ਵਕਤ ਅਸਾਂ ਪਹੁੰਚੀ ਆਏ ਹਾਂ ਪੀਰ ਗੰਡੋਈ ਨੀ ਦਰਬਾਰ ਪਰ ਯਾਨੀ ਅੱਖੀ ਵਾਲੇ ਦਰਬਾਰ ਮਾਸ਼ਾਅੱਲਾ ਸਾਹਮਣੇ ਸੋ ਮੰਜ਼ਰ ਤੱਕਣੇ ਸੋ ਕਾਫੀ ਅੱਛੇ ਤਰੀਕੇ ਨਾਲ ਇੱਥੇ ਦਰਬਾਰ ਕੀ ਡਿਵੈਲਪ ਕੀਤਾ ਗਿਆ ਹੈ ਲੱਗਣਾ ਇਹ ਹੈ ਕਿ ਮਹਿਕਮੇ ਔਕਾਫ ਨਹੀਂ ਤਰਫੋਂ ਇਹ ਸਾਰਾ ਕੁਝ ਕੀਤਾ ਗਿਆ ਠੀਕ ਹੈ ਇਸ ਜਾਨਬ ਸੋ ਤੱਕੋ
ਸ਼ਾਇਦ ਇਹ ਕਮਰਾ ਕਿਸ ਮਰਿਆ ਕੋਈ ਪਤਾ ਨਹੀਂ, ਲੇਕਿਨ ਉੱਪਰ ਤੁਸੀਂ ਤੱਕੋ ਕਿ ਮਾਸ਼ਾਅੱਲਾ ਬੜਾ ਖੂਬਸੂਰਤ ਇਹਨਾਂ ਇੱਕ ਵਿਊ ਪੁਆਇੰਟ ਬਣਾਇਆ ਵਾ। ਇਸ ਜਾਣੇ ਵੀ ਮਜ਼ੀਦ ਤੁਸੀਂ ਕੀ ਮੰਜ਼ਰ ਦਿਸਣੇ ਪਏ ਸਨ, ਔਰ ਇੱਥੇ ਜਿਹੜਾ ਤੁਸੀਂ ਅੱਛੋ ਤਾਂ ਤੁਸੀਂ ਘੀ ਇੱਕ ਦੁਕਾਨ ਲੱਭਸੀ ਤਾਂ ਬਾਕੀ ਦੁਕਾਨਾਂ ਗਲਬਨ ਕਲੋਜ਼ ਹੋਈਆਂ ਹੋਈਆਂ। ਤਾਂ ਬਾਕੀ ਨਾ ਜੀ ਤੁਸੀਂ ਤੱਕੀ ਸਕਦੇ ਹੋ ਇਹ ਜਿਹੜਾ ਕਮਰਾ ਸਾ ਤੁਸੀਂ ਕਿਵੇਂ ਬਾਉਣਾ ਭੁੱਲੀ ਆ, ਇਹ ਆ ਲੰਗਰ ਖਾਣਾ, ਠੀਕ ਹੈ। ਤਾਂ ਬਾਕੀ ਸਾਹਮਣੇ ਅੱਗੇ ਦਰਬਾਰ ਹੈ, ਸਭ ਤੋਂ ਪਹਿਲਾਂ ਅਸਾਂ ਜਾਸਾਂ ਵਜ਼ੂ ਕਰਸਾਂ ਅਤੇ ਉਸ ਤੋਂ ਬਾਅਦ ਅਸਾਂ ਜਾਸਾਂ ਦਰਬਾਰ ਪਰ, ਠੀਕ ਹੈ। ਇਹ ਸਾਹਮਣੇ ਤੁਸੀਂ ਤੱਕੀ ਸਕਦੇ ਹੋ ਇਹ ਲੰਗਰ ਖਾਣਾ, ਠੀਕ ਹੈ। ਤਾਂ ਇਸ ਜਾਣੇ ਵਿੱਚ ਤੁਸੀਂ ਤੱਕਣੇ ਸੋ ਸ਼ਾਇਦ ਇੱਥੇ ਕੁਝ ਦੁਕਾਨਾਂ ਹੋਰ ਵੀ ਲੱਗਣੀਆਂ ਹੋਣ। ਇਹ ਸਾਹਮਣੇ ਤੁਸੀਂ ਤੱਕੀ ਸਕਦੇ ਹੋ ਕਾਫੀ ਇੱਥੇ ਦੁਕਾਨਾਂ ਨੇ ਜਿਹੜੇ ਸਟਾਲ ਜੇ ਬਣੇ ਹੋਏ ਸੋ ਕਿ ਨਜ਼ਰ ਅਛਣੇ ਪਏ ਸਨ। ਤਾਂ ਬਾਕੀ ਇਲਾਕੇ ਨੇ ਮੰਜ਼ਰ ਵਿੱਚ ਸੋਨੇ ਸਾਹਮਣੇ, ਤਾਂ ਇਸ ਜਾਣੇ ਉੱਪਰ ਇਹ ਵਿਊ ਪੁਆਇੰਟ ਆ, ਇਹ ਵੀ ਥੋੜ੍ਹੀ ਦੇਰ ਦੀਆਂ ਸੋਚੋ ਕਿ ਦੱਸਣ ਦੀ ਕੋਸ਼ਿਸ਼ ਕਰਨੀ ਆ। ਤਾਂ ਇਸ ਜਾਣੇ ਪਾਣੀ ਵਾਲਾ ਗਲਬਨ ਕੂਲਰ ਵੀ ਲਗਾ ਵਾ, ਠੀਕ ਹੈ। ਮਾਸ਼ਾਅੱਲਾ ਇਸ ਜਾਣੇ ਵੀ ਸੋ ਮੰਜ਼ਰ ਬੜੇ ਖੂਬਸੂਰਤ ਤੋਂ ਖੂਬਸੂਰਤ ਦਿਸਣੇ ਪਏ ਸਨ। ਬਾਕੀ ਹੁਣ ਅਸਾਂ ਆਈ ਗਏ ਕੂਲਰਾਂ ਕੋਲ, ਤਾਂ ਪਾਣੀ ਪੀਣ ਦੀ ਕੋਸ਼ਿਸ਼ ਕਰਨੀ ਆ। ਪਾਣੀ ਤਾਂ ਕਾਫੀ ਤੱਤਾ, ਸ਼ਾਇਦ ਇਹ ਠੱਡਾ ਵੈ, ਥੋੜ੍ਹਾ ਜਿਹਾ ਪਾਣੀ ਕੱਢਣਾ ਪਏ ਸੀ ਤਾਂ ਤਾਂ ਜਾਈ ਪਤਾ ਲੱਗ ਸੀ, ਲੇਕਿਨ ਇਹ ਕੰਮ ਲੰਬਾ। ਇਸ ਮਾਨੇ ਸਭ ਤੋਂ ਪਹਿਲਾਂ ਵਜ਼ੂ ਕੀਤਾ ਜਾਏ, ਠੀਕ ਹੈ, ਅਤੇ ਉਸ ਤੋਂ ਬਾਅਦ ਦਰਬਾਰ ਸ਼ਰੀਫ ਪਰ ਹਾਜ਼ਰੀ ਦਿੱਤੀ ਜਾਏ। ਇਸ ਸਾਹਮਣੇ ਸੁਣ ਤੱਕੀ ਸਕਣੀ ਉਸ ਦਰਬਾਰ, ਮਾਸ਼ਾਅੱਲਾ ਕਾਫੀ ਖੂਬਸੂਰਤ ਦਰਬਾਰ ਹੈ। ਸੁਣ ਤੱਕੀ ਸਕਣੀ ਉਹ ਦਰਬਾਰ ਤੋਂ ਕੀ ਨਜ਼ਰ ਅਛਣੀ ਪਈ ਸੀ, ਠੀਕ ਹੈ। ਤਾਂ ਮਾੜੇ ਟੁਰਨੇ ਦੀ ਆਵਾਜ਼ ਵੀ ਤੁਸੀਂ ਕਿ ਅਛਣੀ ਪਈ ਸੀ, ਕੀ ਆ, ਕਿਉਂਕਿ ਇੱਥੇ ਰੇਤ ਹੈ ਦਰਿਆਈ ਬੱਟੇ ਮਿਕਸ ਹੈ। ਮਾਸ਼ਾਅੱਲਾ ਜ਼ਬਰਦਸਤ, ਠੀਕ ਹੈ। ਇਸ ਜਾਣੇ ਵੀ ਸੋਂ ਕਿ ਕਾਫੀ ਮੰਜ਼ਰ ਨਜ਼ਰ ਅਛਣੇ ਪਏ ਸੁਣ। ਇਸ ਜਾਣੇ ਕੋਈ ਖੂਹ ਆ ਗਲਬਨ। ਮਾਸ਼ਾਅੱਲਾ ਜੀ ਵਜ਼ੂ ਸ਼ੁਜ਼ੂ ਕੀਤਾ ਆ, ਅਤੇ ਹੁਣ ਅਸਾਂ ਆਈ ਗਏ ਹਾਂ ਦਰਬਾਰ ਨੇ ਬਿਲਕੁਲ ਕਰੀਬ, ਅਤੇ ਬਾਕੀ ਅੰਦਰ ਜੁੜਨੇ ਆ ਤਾਂ ਤੁਸੀਂ ਕੀ ਦਰਬਾਰ ਦੱਸਣ ਦੀ ਕੋਸ਼ਿਸ਼ ਕਰਨੀ। ਬਾਹਰ, ਠੀਕ ਹੈ, ਅੱਜ ਮੌਸਮ ਕਾਫੀ ਬਿਹਤਰ ਆ। ਵੈਸੇ ਤਾਂ ਬਿਲਕੁਲ ਗਰਮੀ ਤੁਸੀਂ ਕਰੋ ਬਾਹਰ ਨਸਾਂ ਨਿਕਲ ਸਕਣੇ, ਲੇਕਿਨ ਅੱਜ ਮੌਸਮ ਥੋੜ੍ਹਾ ਬਿਹਤਰ ਹੋਣੇ ਨਹੀਂ ਵਜ੍ਹਾ ਸੀ ਅਸਾਂ ਇੱਕ ਵਾਰੀ ਫਿਰ ਤੁਸੀਂ ਸਾਹਮਣੇ ਆਏ ਹਾਂ। ਤਾਂ ਬਾਕੀ ਇੱਥੇ ਜੁਲਨੇ ਆ ਉੱਪਰ, ਇੱਥੇ ਬੜੀ ਖੂਬਸੂਰਤ ਜਗ੍ਹਾ ਹੀ ਆ, ਅਗਰ ਤੁਸੀਂ ਕੀ ਨਾ ਦੱਸਾਂ ਤਾਂ ਵੀ ਤੁਹਾਨੂੰ ਜ਼ਿਆਦਾ ਹੋ ਸੀ, ਅਤੇ ਹੁਣ ਅਸਾਂ ਕੋਸ਼ਿਸ਼ ਕਰਨੇ ਹਾਂ ਕਿ ਉਹ ਜਗ੍ਹਾ ਤੁਸੀਂ ਕੀ ਦੱਸੀ ਜਾਏ, ਠੀਕ ਹੈ। ਅਤੇ ਹੁਣ ਅਸਾਂ ਪੌੜੀਆਂ ਚੜ੍ਹਨਾ ਸ਼ੁਰੂ
ਕੋਈ ਪਿਆ, ਠੀਕ ਹੈ। ਤਾਂ ਮਾਸ਼ਾ ਤਾਂ ਬਾਕੀ ਸੋ ਤੱਕ ਨਹੀਂ ਸੋ ਕਿ ਪੌੜੀਆਂ ਸੋ ਲਗਾਤਾਰ ਕ੍ਰਾਸ ਕਰਨੇ ਪਿਆ, ਠੀਕ ਹੈ। ਇਸ ਜਾਣੇ ਵਿੱਚ ਸੋ ਮੰਜ਼ਰ ਤੱਕੀ ਸਕਣੀ ਹੋ, ਔਰ ਨੀਚੇ ਤੋਂ ਦਰਬਾਰ ਸ਼ਰੀਫ ਨੂੰ ਵੀ ਮੰਜ਼ਰ ਤੱਕੀ ਸਕਣੀ ਹੋ। ਮਾਸ਼ਾ ਅੱਲਾ, ਇੰਤਹਾਈ ਖੂਬਸੂਰਤ, ਯਾਨੀ ਫਿਰ ਗੰਡੋਈ ਇਸ ਵਕਤ ਅਸਾਂ ਮੌਜੂਦ ਹਾਂ, ਠੀਕ ਹੈ। ਇਹ ਮੰਜ਼ਰ ਮਜ਼ੀਦ ਤੁਸੀਂ ਤੱਕੀ ਸਕਣੇ ਉਸ, ਮਾਸ਼ਾ ਅੱਲਾ। ਤਾਂ ਬਾਕੀ ਹੁਣ ਅਸਾਂ ਜੁਲਨੇ ਉੱਪਰ, ਤਾਂ ਉੱਪਰ ਜੁਲੀ ਤਾਂ ਆਪਣੇ ਭੈਣਾਂ ਭਰਾਵਾਂ ਕੀ ਵੀ ਮਜ਼ੀਦ ਮੰਜ਼ਰ ਦੱਸਣੇ ਦੀ ਕੋਸ਼ਿਸ਼ ਕਰਨੇ ਹਾਂ। ਬਾਹਰ ਤੋਂ ਥੋੜ੍ਹਾ ਜਿਹਾ ਉੱਪਰੋਂ ਇਹ ਇਲਾਕਾ ਕੈਸਾ ਨਜ਼ਰ ਅਸ਼ਨਾ, ਠੀਕ ਹੈ। ਇਸ ਜਾਣੇ ਤੋਂ ਤੱਕੋ ਤੁਸੀਂ ਕਿ ਮਸਜਿਦ ਅਤੇ ਆਸ ਪਾਸ ਕੋਈ ਕਾਰ ਵੀ ਨਜ਼ਰ ਅਸ਼ਨੇ ਪਏ ਉਸਨੂੰ, ਠੀਕ ਹੈ। ਅਤੇ ਇਹ ਤੋਂ ਤੱਕੋ ਕਿ ਲੋਕਾਂ ਨੇ ਬਹਿਣ ਵਾਸਤੇ ਇੱਥੇ ਵੀ ਜਗ੍ਹਾ ਬਣਾਈ ਗਈ ਹੈ, ਮਾਸ਼ਾ ਅੱਲਾ। ਉੱਪਰ ਵੀ ਤੋਂ ਤੱਕੀ ਸਕਣੀ ਹੋ, ਕਾਫੀ ਪਿਆਰੇ ਮੰਜ਼ਰ ਮੌਜੂਦ ਹੈ। ਤਾਂ ਇੱਥੇ ਕਾਫੀ ਪੁਰਾਣੇ ਪੁਰਾਣੇ ਪਲਈਆਂ ਨੇ ਵੀ ਦਰਖਤ ਤੁਸੀਂ ਕੀ ਤੱਕਣੇ 'ਚ ਮਿਲ ਸਨ। ਇਹ ਸਾਹਮਣੇ ਤੋਂ ਤੱਕੀ ਸਕਣੇ ਉਸ, ਅਤੇ ਨੀਚੇ ਸੋ ਕਿ ਦਰਬਾਰ ਸ਼ਰੀਫ ਵੀ ਨਜ਼ਰ ਅਸ਼ਨੀ ਵੀ ਉਸੀ, ਔਰ ਸਾਥ ਹੈ ਚੱਕਸਵਾਰੀ ਜਾਣੀ ਰੋਡ ਵੀ ਥੋੜ੍ਹੀ ਥੋੜ੍ਹੀ ਨਜ਼ਰ ਅਸ਼ਨੀ ਵੀ ਉਸੀ, ਮਾਸ਼ਾ ਅੱਲਾ। ਤਾਂ ਬਾਕੀ ਅਸਾਂ ਆਈ ਗਏ ਹਾਂ ਇੱਕ ਵਾਰ ਫਿਰ ਹੋਰ ਉੱਪਰ, ਜਿੱਥੇ ਮਜ਼ੀਦ ਖੂਬਸੂਰਤ ਮਨਾਜ਼ਰ ਹੈ। ਉਹ ਅਗਰ ਤੁਸੀਂ ਕਿ ਅਸਾਂ ਨਾ ਦੱਸਾਂ ਤਾਂ ਵੀ ਤੁਹਾਨੂੰ ਨਾਲ ਜ਼ਿਆਦਤੀ ਉਸੀ, ਠੀਕ ਹੈ। ਇਸ ਜਾਣੇ ਤੋਂ ਤੱਕੋ ਕਾਫੀ ਪਲਈਆਂ ਨੇ ਦਰਖਤ, ਔਰ ਨਾਲ ਇੱਥੋਂ ਕੋਈ ਰੋਡ ਵੀ ਜਾਣੀ ਹੈ, ਗਾਲਬਨ ਕੁਦਰ ਜਾਣੀ, ਇਸ ਬਾਰੇ ਅਸੀਂ ਸਹੀ ਨਹੀਂ ਪਤਾ। ਅਗਰ ਇਸ ਇਲਾਕੇ ਤੋਂ ਕੋਈ ਸਾਡੇ ਭੈਣਾਂ ਭਰਾ ਅਸੀਂ ਤੱਕਣੇ, ਤਾਂ ਅਸਾਂ ਕਿ ਜ਼ਰੂਰ ਬਇਆ ਹੈ ਕਿ ਜਿਹੜੀ ਇਹ ਰੋਡ ਹੈ ਪੋਲੀ ਵਾਲੀ ਨੀਚੇ, ਇਹ ਕੁਦਰ ਜਾਣੀ ਹੈ, ਤਾਂ ਜਿਹੜੀ ਉਹ ਰੋਡ ਹੈ ਜਿੱਥੋਂ ਸੁਜ਼ੂਕੀ ਜਾਣੀ ਵੀ ਇਹ ਕੁਦਰ ਜਾਣੀ ਹੈ। ਉੱਪਰ ਸਾਹਮਣੇ ਤੋਂ ਕਿ ਕੋਠੀ ਵੀ ਨਜ਼ਰ ਆਈ ਉਸੀ, ਮਾਸ਼ਾ ਅੱਲਾ, ਉਹ ਵੀ ਕਾਫੀ ਖੂਬਸੂਰਤ ਲੱਗਣੀ ਹੈ। ਇਸ ਸਾਹਮਣੇ ਤੋਂ ਤੱਕ ਹੀ ਸਕਣੇ ਹੋ, ਠੀਕ ਹੈ, ਮਾਸ਼ਾ ਅੱਲਾ। ਤਾਂ ਹੁਣ ਤੁਸੀਂ ਕਿ ਅਸਾਂ ਦੱਸਣੇ ਦੀ ਕੋਸ਼ਿਸ਼ ਕਰਨੇ ਹਾਂ, ਇਸ ਜਾਣੇ ਤੋਂ ਤੱਕ ਕੋਈ ਨਾਲਾ ਵੀ ਅਛਨਾ ਆ, ਨਾਲਾ ਕੁਦਰੂ ਅਛਨਾ ਕੋਈ ਪਤਾ ਨਹੀਂ, ਠੀਕ ਹੈ। ਇਸ ਜਾਣੇ ਤੋਂ ਤੱਕ ਪਲਈਆਂ ਨੇ ਬੜੇ ਬੜੇ ਖੂਬਸੂਰਤ ਦਰਖਤ, ਮਾਸ਼ਾ ਅੱਲਾ। ਲੇਕਿਨ ਓਵਰਆਲ ਇਸ ਜਗ੍ਹਾ ਕੀ ਮੈਂ ਸਭ ਤੋਂ ਖੂਬਸੂਰਤ ਜਗ੍ਹਾ ਮੰਨਣਾ ਆ। ਤੁਸੀਂ ਤੱਕੋ ਕਿ ਇੱਥੋਂ ਕਾਫੀ ਵਿਊ ਗੈਪ ਸ਼ਾਇਦ ਦਿਸਣਾ ਆ, ਠੀਕ ਹੈ। ਤਾਂ ਇਹ ਸਾਹਮਣੇ ਨੀਚੇ ਤੋਂ ਤੱਕੋ ਇੰਨਾ ਫੈਂਸ ਲਾਈ ਹੈ ਕਿ ਕੋਈ ਬੰਦਾ ਇੱਥੋਂ ਜ਼ਿਆਦਾ ਦੂਰ ਨਾ ਜਾਏ ਕਿ ਨੀਚੇ ਗਿਰਨੇ ਨਾਲ ਖਤਰਾ ਆ, ਖਾਸ ਕਰੀ ਬੱਚਿਆਂ ਨੂੰ ਕਾਫੀ ਖਤਰਾ ਹੋਣਾ ਆ। ਇਹ ਜਾਣੇ ਤੋਂ ਤੱਕੋ ਕਾਫੀ ਜ਼ਮੀਨੀ ਕਟਾਓ ਹੋਇਆ ਵਾ, ਇਹ ਜਾਣੇ ਕੁਝ ਘਰ ਹੈ, ਬਾਕੀ ਤਾਂ ਬਿਲਕੁਲ ਜੰਗਲ ਵੀ ਆ ਬਾਣਾ, ਯਾਨੀ ਜੰਗਲ ਵੇਲੇ ਇਹ ਰੋਡ ਅੱਗੇ ਕੁਦ ਜਾਣੀ ਸ਼ਾਇਦ ਕੋਈ ਆਬਾਦੀ ਉਸ ਜਿੱਧਰ ਇਹ ਰੋਡ ਜਾਣਾ ਆ। ਇਸ ਜਾਣੇ ਵੀ ਸੋ ਮੰਜ਼ਰ ਤੱਕੀ ਸਕਣੇ ਉਸ, ਮਾਸ਼ਾ ਅੱਲਾ, ਇੰਤਹਾਈ ਖੂਬਸੂਰਤ। ਲੇਕਿਨ ਇਸ ਜਾਣੇ ਮੈਂ ਇੱਕ ਚੀਜ਼ ਕੀ ਬੜਾ ਅਪਰੀਸ਼ੀਏਟ ਕਰਨਾ ਕਿ ਤੱਕੋ ਇਹਨਾਂ ਇੱਥੇ ਜ਼ਮੀਨੀ ਕਟੋਰ ਰੋਕਣੇ ਨੇ ਮਾਰੇ ਕਾਫੀ ਖੂਬਸੂਰਤ ਸਿਮਟੀ ਬੰਨ ਬਣਾਏ, ਠੀਕ ਹੈ। ਤਾਂ ਬਾਕੀ ਆਈ ਜਾਓ, ਤਾਂ ਇਸ ਪਾਸੇ ਮਜ਼ੀਦ ਖੂਬਸੂਰਤ ਮੰਜ਼ਰ ਸੌਂਕੀ ਵੀ ਦਿਸਣੇ ਪਏ। ਅੱਛਾ, ਵੈਲਕਮ ਬੈਕ ਨਜ਼ਰ। ਤਾਂ ਉਮੀਦ ਕਰਨੇ ਆ ਕਿ ਆਈ ਨਾ ਵਲੌਗ ਸੌਂਕੀ ਪਸੰਦ ਆਇਆ ਤੁਸੀਂ, ਤਾਂ ਆਪਣੀ ਕੀਮਤੀ ਰਾਏ ਨਾਲ ਵੀ ਅਸਾਂ ਕੀ ਜ਼ਰੂਰ ਅਗਾਹ ਕਰਿਆ ਕਿ ਆਈ ਨਾ ਵਲੌਗ ਸੌਂਕੀ ਕਿਹਾ ਜਾਵੇਗਾ, ਕਿਉਂਕਿ ਅੱਜ ਸੌਂਕੀ ਅਸਾਂ ਦੱਸਿਆ ਚੈੱਕ ਸਵਾਰੀ ਪਿਰਗੰਡੋਈ, ਠੀਕ ਹੈ, ਯਾਨੀ ਅੱਖੀਆਂ ਵਾਲੀ ਦਰਬਾਰ ਨਾਲ ਅੱਜ ਸੌਂਕੀ ਅਸਾਂ ਵਿਜ਼ਿਟ ਕਰਿਆ। ਤਾਂ ਮਾਸ਼ਾ ਅੱਲਾ ਕਾਫੀ ਪਿਆਰੀ ਲੋਕੇਸ਼ਨ ਪਰ ਦਰਬਾਰ ਹੈ, ਤਾਂ ਖਾਸ ਕਰੀ ਜਿਹੜਾ ਇਸ ਨਾਲ ਦਰਬਾਰ ਨਾਲ ਇਹ ਵਿਊ ਪੁਆਇੰਟ ਆ ਜਿਹੜਾ ਕਿ ਇੱਥੇ ਉੱਪਰ ਅਛਨਾ ਪੈਣਾ,
ਮਸਲਨ ਥੋੜ੍ਹਾ ਫਾਸਲਾ 2-4 ਮਿੰਟ ਲੱਗਣੇ, ਇੰਤਹਾਈ ਖੂਬਸੂਰਤ ਆ, ਮਿਗੀ ਤਾਂ ਬੂਹੇ ਜ਼ਿਆਦਾ ਪਸੰਦ ਆਇਆ। ਤਾਂ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਅੱਛੀ ਤਾਂ ਜ਼ਰੂਰ ਦੱਸਿਆ ਜੀ, ਠੀਕ ਹੈ। ਤਾਂ ਕਾਫੀ ਅਸਾਂ ਵੀਡੀਓ ਵਗੈਰਾ ਤੱਕਣੇ ਰਹਿੰਦੇ ਹਾਂ, ਲੇਕਿਨ ਇਸ ਦਰਬਾਰ ਨੇ ਖਾਸ ਕਰੀ ਤਾਂ ਤਫਸੀਲੀ ਵੀਡੀਓ ਅਸਾਂ ਕੀ ਨਹੀਂ ਮਿਲੀ, ਠੀਕ ਹੈ। ਤਾਂ ਅੱਜ ਅਸਾਂ ਆਏ ਹਾਂ, ਅਸਾਂ ਹੈ ਕਿ ਉਹਨੂੰ ਇਸ ਦਰਬਾਰ ਨਾਲ ਵਿਜ਼ਿਟ ਕੀਤਾ ਜਾਏ, ਔਰ ਆਪਣੀ ਆਵਾਮ ਕੀ, ਖਾਸ ਕਰੀ ਚੱਕ ਸਵਾਰੀ ਨੀ ਆਵਾਮ ਕੀ, ਠੀਕ ਹੈ, ਇਹ ਦਰਬਾਰ ਜ਼ਰੂਰ ਇੱਕ ਵਾਰੀ ਫਿਰ ਦੱਸੀ ਜਾਏ, ਠੀਕ ਹੈ। ਇਸ ਆਸ ਪਰ ਇਸ ਉਮੀਦ ਪਰ ਅੱਜ ਨਾ ਕਰਨੇ ਵਲਾ ਖਤਮ। ਤਾਂ ਜਿਸ ਨੇ ਵੀ ਸਾਡੇ ਭੈਣਾਂ ਭਰਾ ਚੈਨਲ ਪਰ ਨਵੇਂ ਆਏ, ਤਾਂ ਤੁਸੀਂ ਪਲੀਜ਼ ਚੈਨਲ ਕੀ ਸਬਸਕ੍ਰਾਈਬ ਕਰ ਕੇ ਨੂੰ, ਅਤੇ ਨਾਲ ਬੈਲ ਆਈਕਨ ਦਾ ਨਿਸ਼ਾਨਾ ਉਸਕੀ ਪ੍ਰੈਸ ਕਰ ਕੇ ਨੂੰ, ਤਾਂ ਕੈਸ਼ਨੀਆਂ ਲਈ ਲੇਟੈਸਟ ਵੀਡੀਓ ਨੋਟੀਫਿਕੇਸ਼ਨ ਤੁਸਾਂ ਤੱਕ ਪਹੁੰਚ ਸਕਿਆ। ਤਾਂ ਠੀਕ ਹੈ, ਫਿਰ ਮਿਲਸਾਂ ਅਗਲੇ ਵਲਾਗ ਦੀ, ਤਾਲਾ ਸੋਹਣੇ।